ਕਰਾਮਾਤ ਦੇਖਣੀ ਜੇ ਆਇਓ। ਮੁਸਲਮਾਨ ਅੱਜ ਪੂਰੀ ਦੁਨੀਆ ਨੂੰ ਕਰਾਮਾਤ ਦਿਖਾਏਗਾ। ਵੀਡੀਓ ਅੱਖਾਂ ਖੋਲ੍ਹ ਕੇ ਦੇਖਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਵੀਡੀਓ ਦੇਖਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਕਰਾਮਾਤ ਕੀ ਹੁੰਦੀ ਹੈ? ਸਹਿਜ ਸੁਭਾਅ ਕਿਸੇ ਜਾਦੂਈ ਚਮਤਕਾਰ ਨੂੰ ਵੀ ਕਰਾਮਾਤ ਮੰਨ ਲਿਆ ਜਾਂਦਾ। ਭਾਰਤ ਵਿੱਚ ਕਰਾਮਾਤਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਕਿਉਂਕਿ ਇੱਥੇ ਰਿੱਧੀਆਂ ਸਿੱਧੀਆਂ ਰਾਹੀਂ ਮੰਤਰ ਮਾਰ ਕੇ ਕਰਾਮਾਤਾਂ ਕਰਨ ਦਾ ਦੌਰ ਰਿਹਾ। ਇਹ ਦੌਰ ਧਰਮ ਦੇ ਨਾਮ 'ਤੇ ਹਿੰਦੂ ਧਰਮ ਵਿੱਚ ਵੀ ਰਿਹਾ ਅਤੇ ਇਸਲਾਮ ਵਿੱਚ ਵੀ ਮਕਬੂਲ ਸੀ। ਸਿੱਖੀ ਵਿੱਚ ਕਰਾਮਾਤ ਦੀ ਵੈਸੇ ਤਾਂ ਕੋਈ ਥਾਂ ਨਹੀਂ, ਪਰ ਜਦੋਂ ਸਰਬ ਕਲਾ ਸਮਰੱਥ ਗੁਰੂ ਦਾ ਸਿਰ 'ਤੇ ਹੱਥ ਹੋਵੇ, ਫਿਰ ਅਕਾਲ ਪੁਰਖ ਆਪ ਅਜਿਹੀ ਕਲਾ ਵਰਤਾ ਦਿੰਦਾ ਹੈ ਜੋ ਮਨੁੱਖੀ ਸੋਚ ਤੋਂ ਪਰੇ ਦੀ ਗੱਲ ਹੁੰਦੀ ਹੈ। ਉਹ ਕਲਾ ਕਿਸੇ ਵਿਗਿਆਨ ਦੀ ਕਸਵੱਟੀ 'ਤੇ ਨਹੀਂ ਆਉਂਦੀ, ਕਿਸੇ ਤਰਕ ਦੀ ਸਾਣ 'ਤੇ ਵੀ ਨਹੀਂ ਲੱਗਦੀ। ਗੱਲ ਕਰਾਮਾਤ ਦੀ ਕਰਨ ਲੱਗੇ ਹਾਂ, ਸਿੱਖੀ ਵਿੱਚ ਕਰਾਮਾਤ ਦੀ ਧਿਆਨ ਨਾਲ ਸੁਣਿਓ। 10 ਲੱਖ ਦੁਸ਼ਮਣ ਫੌਜ ਜਦੋਂ ਤੁਹਾਨੂੰ ਮਾਰਨ ਨੂੰ ਆਵੇ, ਫਿਰ ਵੀ ਤੁਹਾਨੂੰ ਮਾਰ ਨਾ ਸਕੇ, ਨਾ ਫੜ ਸਕੇ, ਇਸ ਤੋਂ ਵੱਡੀ ਕੋਈ ਕਰਾਮਾਤ ਕੀ ਹੋ ਸਕਦੀ ਹੈ? 40 ਭੁੱਖੇ ਪਿਆਸੇ ਸੂਰਮੇ ਜਦੋਂ 10 ਲੱਖ ਨਾਲ ਟਕਰਾ ਜਾਣ, ਇੱਕ ਵੀ ਹਥਿਆਰ ਨਾ ਸੁੱਟੇ, ਨਾ ਫੜਿਆ ਜਾਵੇ, ਦੁਸ਼ਮਣ ਦੇ ਇਰਾਦੇ ਨੂੰ ਮਲੀਆ ਮੇਟ ਕਰ ਦੇਣ, ਇਸ ਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਹੈ? ਇੱਕ ਇੱਕ ਤੀਰ ਜਦੋਂ 10-10 ਹਜ਼ਾਰ ਦਾ ਸੀਨਾ ਪਾੜ ਕੇ ਲੰਘ ਜਾਵੇ ਅਤੇ ਫਿਰ ਆਪਣੇ ਮਾਲਕ ਕੋਲ ਮੁੜਾਵੇ, ਇਹ ਕਿਹੜਾ ਲੌਜਿਕ ਸੀ, ਕਿਹੜਾ ਵਿਗਿਆਨ ਸੀ? ਇਸ ਕਰਾਮਾਤ ਅੱਗੇ ਸਾਰਾ ਕੁਝ ਫੇਲ ਹੋ ਜਾਂਦਾ। ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀਆਂ ਦੇਹਾਂ ਨਹੀਂ ਸੀ ਲੱਭੀਆਂ, ਪਰ ਬੀਬੀ ਸ਼ਰਨ ਕੌਰ ਨੂੰ ਮਿਲ ਗਈਆਂ। ਅੰਗੀਠਾ ਚਿਣ ਕੇ ਜਦੋਂ ਚੰਡਾ ਲਾਇਆ ਤਾਂ ਮੁਗਲਾਂ ਨੇ ਆ ਕੇ ਬੀਬੀ ਜੀ ਨੂੰ ਸ਼ਹੀਦ ਕਰ ਦਿੱਤਾ, ਅੰਗੀਠਾ ਠੰਡਾ ਕਰ ਦਿੱਤਾ। ਫੋਲ ਕੇ ਵੇਖਿਆ ਤਾਂ ਕੁਝ ਵੀ ਨਹੀਂ ਮਿਲਿਆ, ਪਰ ਜਦੋਂ ਬਾਬਾ ਰਾਮ ਸਿੰਘ, ਬਾਬਾ ਤਰਲੋਕ ਸਿੰਘ ਫਿਰ ਆਏ ਅਘੋਰੀ ਸਾਧੂ ਬਣ ਕੇ ਅਤੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ, ਉਹਨਾਂ ਨੂੰ ਦੇਹਾਂ ਦਿਖ ਗਈਆਂ। ਇਹ ਕੈਸੀ ਕਰਾਮਾਤ ਸੀ? ਕਿੱਥੇ ਗਈਆਂ ਸੀ ਅਤੇ ਕਿੱਥੋਂ ਆਈਆਂ ਸੀ ਦੇਹਾਂ? ਵਜ਼ੀਰ ਖਾਨ ਨੂੰ ਮਿਲ ਜਾਂਦੀਆਂ ਤਾਂ ਉਹ ਸਿਰ ਵੱਢ ਕੇ ਸਰਹੰਦ ਲੈ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਵੱਢ ਕੇ ਲਿਆਇਆ। ਕਰਾਮਾਤ ਨੂੰ ਰੋਣ ਵਾਲੇ ਚਮਕੌਰ ਦੇ ਯੁੱਧ ਦਾ ਇਤਿਹਾਸ ਹੀ ਪੜ੍ਹ ਲੈਣ, ਇਹਨਾਂ ਦਾ ਲੌਜਿਕ, ਇਹਨਾਂ ਦਾ ਵਿਗਿਆਨ, ਇਹਨਾਂ ਦਾ ਤਰਕ ਸਾਰਾ ਕੁਝ ਫੇਲ ਹੋ ਜਾਣਾ। ਗੁਰੂ ਪਿਤਾ ਨੂੰ ਪਤਾ ਸੀ ਕਿ ਅੱਗੇ ਚੱਲ ਕੇ ਕੁਝ ਤਰਕੀ ਅਤੇ ਨਾਸਤਿਕ ਉੱਠਣਗੇ ਜੋ ਇਤਿਹਾਸ 'ਤੇ ਕਿੰਤੂ ਪਰੰਤੂ ਕਰਨਗੇ, ਉਹਨਾਂ ਦੇ ਲਾਲਾਂ ਦੀਆਂ ਸ਼ਹਾਦਤਾਂ ਨੂੰ ਛਟਿਆਉਣ ਦੀ ਕੋਸ਼ਿਸ਼ ਕਰਨਗੇ। ਇਸੇ ਕਰਕੇ ਗੁਰੂ ਸਾਹਿਬ ਨੇ ਚਮਕੌਰ ਵਰਗੀ ਇੱਕ ਹੋਰ ਕਰਾਮਾਤ ਵਰਤਾਈ। ਇਸੇ ਕਰਾਮਾਤ ਨੇ 1984 ਵਿੱਚ ਅੱਤ ਦੀ ਗਰਮੀ ਵਿੱਚ ਮੁੱਠੀ ਭਰ ਸਿੰਘਾਂ ਕੋਲੋਂ ਭਾਰਤ, ਬਰਤਾਨੀਆ, ਰੂਸ, ਇਜ਼ਰਾਈਲ ਦੀਆਂ ਫੌਜਾਂ ਦੇ ਇੰਟੈਲੀਜੈਂਸ ਏਜੰਸੀਆਂ ਨੂੰ ਮੂਧੇ ਮੂੰਹ ਪਾ ਕੇ 6 ਦਿਨ ਐਸੀ ਬਹਾਦਰੀ ਦਿਖਾਈ, ਜਿਹੜੇ ਕਹਿੰਦੇ ਸੀ ਕਿ 24 ਘੰਟਿਆਂ 'ਚ ਫੜ ਲਾਂਗੇ, ਉਹ ਭੱਜੇ ਜਾਂਦੇ ਪ੍ਰਕਰਮਾਂ ਤੋਂ ਬਾਹਰ ਨਾ ਨਿਕਲ ਸਕੇ, ਉਹਨਾਂ ਦੀਆਂ ਲਾਸ਼ਾਂ ਹੀ ਮੁੜੀਆਂ। ਚਮਕੌਰ ਵਿੱਚ 10 ਲੱਖ ਸਾਹਮਣੇ 40 ਸੀ, ਜੂਨ 84 'ਚ ਲੱਖਾਂ ਦੀ ਫੌਜ ਮੁਹਰੇ 20-25 ਦੀ ਗਿਣਤੀ। ਫਰਕ ਸਿਰਫ ਇਹ ਸੀ ਕਿ ਚਮਕੌਰ ਵਿੱਚ ਅਕਾਲ ਪੁਰਖ ਰੂਪ ਕਲਗੀਧਰ ਪਾਤਸ਼ਾਹ ਆਪ ਜੰਗ ਦੀ ਅਗਵਾਈ ਕਰ ਰਹੇ ਸੀ ਅਤੇ ਜੂਨ 1984 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਉਹਦੇ ਨਾਦੀ ਪੁੱਤਰ ਕਦੇ ਭਾਈ ਦਿਆਲੇ ਵਰਗੇ ਉੱਬਲਦੀ ਦੇਗ ਵਿੱਚ ਉੱਬਲੇ ਸੀ। ਕਹਿੰਦੇ ਉਹ ਤਾਂ ਜੀ ਪੁਰਾਣੀ ਗੱਲ ਹੈ, ਪਰ ਅਜੇ ਕੱਲ੍ਹ ਦੀਆਂ ਗੱਲਾਂ ਜਦੋਂ ਭਾਈ ਗੁਰਦੇਵ ਸਿੰਘ ਦੇਬੂ ਕਰਤਾਰਪੁਰ ਦਿਆਲਪੁਰ ਦੇ ਨੇੜੇ ਪਿੰਡ ਧੀਰਪੁਰ ਦੇ ਰਹਿਣ ਵਾਲਾ, ਉਹਨੂੰ ਪੁਲਿਸ ਨੇ ਗਰਮ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਸੀ, ਇਹ ਕਰਾਮਾਤ ਹੀ ਸੀ? ਭਾਈ ਤਾਰੂ ਸਿੰਘ ਦੀ ਖੋਪਰੀ ਉੱਤਰੀ, ਅਖੇ ਜੀ ਪੁਰਾਣੀ ਗੱਲ ਹੈ, ਪਰ ਅਜੇ ਕੱਲ੍ਹ ਦੀ ਗੱਲ ਹੈ, ਜਦੋਂ ਭਾਈ ਅਨੋਕ ਸਿੰਘ ਬੱਬਰ ਪੁਲਿਸ ਹਿਰਾਸਤ ਵਿੱਚ ਬੈਠਾ ਸੀ, ਉਹਦੇ ਸਿਰ 'ਤੇ ਪੁਲਿਸ ਨੇ ਕਿੱਲ ਠੋਕ ਕੇ ਖੋਪਰੀ ਲਹੂ ਲੁਹਾਨ ਕੀਤੀ ਪਈ ਸੀ, ਉਹਦੀਆਂ ਅੱਖਾਂ ਬਾਹਰ ਲਮਕ ਰਹੀਆਂ ਸੀ ਅਤੇ ਗੁਰੂ ਦਾ ਉਹ ਸਿੰਘ ਤਾਂ ਵੀ ਪੈਰੇ 'ਤੇ ਖੜ੍ਹੇ ਸੰਤਰੀ ਨੂੰ ਪੁੱਛ ਰਿਹਾ ਸੀ ਕਿ ਭਾਈ ਸਿੱਖਾ, ਦੱਸੀ ਤਾਂ ਭਲਾ, ਸੂਰਜ ਡੁੱਬ ਗਿਆ,
ਮੈਂ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ। ਇਹ ਕਰਾਮਾਤ ਹੀ ਸੀ। ਸਿੱਖੀ ਵਿੱਚ ਕਰਾਮਾਤਾਂ ਦੀ ਕੋਈ ਥਾਂ ਨਹੀਂ, ਪਰ ਸਿੱਖਾਂ ਨੇ ਕਰਾਮਾਤਾਂ ਕੀਤੀਆਂ ਨਹੀਂ, ਜਿਉਈਆਂ ਆ। ਜ਼ੁਲਮੀ ਔਰੰਗਜ਼ੇਬ ਨੇ ਧਰਮ ਦੀ ਚਾਦਰ ਮੇਰੇ ਸੱਚੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਸੀ ਕਿ ਜਾਂ ਤਾਂ ਕਰਾਮਾਤ ਵਿਖਾਓ ਜਾਂ ਇਸਲਾਮ ਕਬੂਲ ਕਰ ਲਓ, ਤੁਹਾਡੀ ਜਾਨ ਬਖਸ਼ ਦਿਆਂਗੇ। ਇਸ ਤੋਂ ਵੱਡੀ ਹੋਰ ਕੀ ਕਰਾਮਾਤ ਹੋਵੇਗੀ ਕਿ ਜੇਸ ਜੰਜੂ ਨੂੰ ਪਾਉਣ ਤੋਂ ਮੇਰੇ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਲੀਲਾਂ ਨਾਲ ਰੱਦ ਕਰਦੇ ਰਹੇ ਨੇ, ਉਸੇ ਜੰਜੂ ਨੂੰ ਬਚਾਉਣ ਲਈ ਆਪਣੇ ਨੌਵੇਂ ਸਰੂਪ ਵਿੱਚ ਆਪਣਾ ਸੀਸ ਦੇ ਰਹੇ ਨੇ। ਕੀ ਇਹ ਕਰਾਮਾਤ ਨਹੀਂ ਸੀ? ਬਾਪ ਆਪਣੇ ਬੇਟਿਆਂ ਨੂੰ ਜੰਗ ਲਈ ਤਿਆਰ ਕਰਕੇ ਭੇਜ ਰਿਹਾ ਅਤੇ ਆਖ ਰਿਹਾ, ਚਾਰ ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਇਹ ਕਰਾਮਾਤ ਹੀ ਸੀ। ਦੋ ਮਾਸੂਮ ਬੱਚੇ ਭਰੀ ਸਭਾ ਵਿੱਚ ਮਿਲ ਰਹੀ ਐਸ਼ੋ ਇਸ਼ਰਤ ਨੂੰ ਠੋਕਰ ਮਾਰ ਕੇ ਜਿਉਂਦੇ ਨੀਹਾਂ ਵਿੱਚ ਚਿਣੇ ਜਾਣ ਦੀ ਸ਼ਹਾਦਤ ਕਬੂਲ ਕਰਨ, ਇਹ ਵੀ ਕਰਾਮਾਤ ਹੀ ਸੀ। ਸਾਢੇ ਕੁ 5 ਫੁੱਟ ਕੱਦ ਅਤੇ ਇਕਹਿਰੇ ਜਿਹੇ ਸਰੀਰ ਦਾ ਭਾਈ ਬਚਿੱਤਰ ਸਿੰਘ, ਗੁਰੂ ਤੋਂ ਥਾਪੜਾ ਲੈ ਕੇ, ਨਾਗਣੀ ਲੈ ਕੇ, ਸ਼ਰਾਬੀ ਅਤੇ ਸੰਜੋਆ ਨਾਲ ਲੈਸ ਖੁੰਖਾਰ ਹਾਥੀ ਦੀਆਂ ਚਿੰਘਾੜਾਂ ਕਢਾ ਦਿੰਦਾ, ਕੀ ਇਹ ਕਰਾਮਾਤ ਨਹੀਂ? ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਖਾਲਸਾ ਜਿਉਂਦਾ ਹੈ ਦੱਸਣ ਦੇ ਲਈ ਹੱਥਾਂ 'ਚ ਫੜੇ ਅਣਘੜਤ ਸੋਟਿਆਂ ਨਾਲ ਪੂਰੀ ਫੌਜ ਨਾਲ ਭਿੜ ਜਾਂਦੇ ਆ, ਇਹ ਵੀ ਕਰਾਮਾਤ ਹੀ ਸੀ। ਤੇਜ਼ ਭੱਜੀ ਆਉਂਦੀ ਰੇਲ ਦੇ ਸਾਹਮਣੇ ਭਾਈ ਪ੍ਰਤਾਪ ਸਿੰਘ, ਭਾਈ ਕਰਮ ਸਿੰਘ ਲੰਮੇ ਪੈ ਕੇ ਗੱਡੀ ਰੋਕ ਦੇਣ, ਕਰਾਮਾਤ ਨਹੀਂ ਸੀ ਤਾਂ ਹੋਰ ਕੀ ਸੀ? 5 ਤੀਰ ਦੇ ਗੁਰੂ ਦਾ ਥਾਪੜਾ ਲੈ ਨਾਂਦੇੜ ਤੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, 700 ਸਾਲ ਦੇ ਜ਼ੁਲਮੀ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ, ਇਹ ਵੀ ਕਰਾਮਾਤ ਹੀ ਸੀ। ਅਫਗਾਨਿਸਤਾਨ ਦੇ ਪਿੰਡਾਂ 'ਚ ਵੱਸਦੇ ਪਠਾਨ ਜਿਹੜੇ ਅੱਜ ਵੀ ਅਜਿੱਤ ਮੰਨੇ ਜਾਂਦੇ ਆ, ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਸੂਝਬੂਝ ਅਤੇ ਬਹਾਦਰੀ ਨਾਲ ਹਰੀਆ ਰਾਂਗਲੇ ਦੀਆਂ ਧੁੰਮਾਂ ਪਵਾਤੀਆਂ, ਇਹ ਵੀ ਕਰਾਮਾਤ ਹੀ ਸੀ। ਦਿੱਲੀ ਦਾ ਤਖ਼ਤ ਘੋੜਿਆਂ ਮਗਰ ਪਾ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਘੜੀਸ ਲਿਆਉਣਾ, ਕੀ ਇਹ ਕਰਾਮਾਤ ਨਹੀਂ? ਚਮਕੌਰ ਦੀ ਗੜੀ ਜਦੋਂ ਦਸਮ ਪਾਤਸ਼ਾਹ ਦੇ ਤੀਰ ਹਜ਼ਾਰਾਂ ਨੂੰ ਵਿੰਨ ਕੇ ਲੰਘ ਜਾਂਦੇ ਸੀ ਤਾਂ ਵਜ਼ੀਰ ਖਾਨ, ਜ਼ਬਰਦਸਤ ਖਾਨ, ਅਜਮੇਰ ਚੰਦ ਕਹਿੰਦੇ ਕਿ ਗੁਰੂ ਕਰਾਮਾਤ ਕਰ ਰਿਹਾ। ਕਹਿੰਦੇ ਨੇ ਕਿ ਪਾਤਸ਼ਾਹ ਜੀ ਨੇ ਇੱਕ ਤੀਰ ਇਹਨਾਂ ਵੱਲ ਭੇਜਿਆ ਜੋ ਕਿਸੇ ਦੇ ਗੋਡੇ ਵੱਜਾ, ਕਿਸੇ ਦੇ ਮੋਢੇ, ਨਾਲ ਇੱਕ ਪੱਤਰਿਕਾ ਸੀ। ਜਦੋਂ ਖੋਲ੍ਹੀ ਤਾਂ ਪਾਤਸ਼ਾਹ ਮਹਾਰਾਜ ਦਾ ਸੁਨੇਹਾ ਸੀ ਕਿ ਵਜ਼ੀਰ ਖਾਨ, ਜ਼ਬਰਦਸਤ ਖਾਨ, ਅਜਮੇਰ ਚੰਦ, ਤੁਸੀਂ ਕੋਈ ਵੀ ਸਾਡੀ ਨਿਗਾਹ ਤੋਂ ਦੂਰ ਨਹੀਂ, ਪਰ ਅਸੀਂ ਤੁਹਾਨੂੰ ਇਸ ਜੰਗ ਵਿੱਚ ਨਹੀਂ ਮਾਰਨਾ। ਅਸੀਂ ਇੱਥੇ ਰਹਿੰਦੀ ਦੁਨੀਆ ਤੱਕ ਮਨੁੱਖਤਾ ਵਾਸਤੇ ਚਾਨਣ ਮੁਨਾਰਾ ਉਸਾਰਨਾ ਹੈ, ਤੁਹਾਨੂੰ ਮਾਰਨਾ ਚਾਹੀਏ, ਹੁਣ ਮਾਰ ਦਈਏ, ਪਰ ਨਹੀਂ, ਇਹ ਨਾ ਕਹੋ ਗੁਰੂ ਕਰਾਮਾਤ ਕਰ ਰਿਹਾ। ਇੱਕ ਵਾਰ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਬੈਠੇ ਸੀ, ਦੋਵਾਂ ਦੀ ਧਰਮ ਦੇ ਵਿਸ਼ੇ 'ਤੇ ਗੱਲਬਾਤ ਹੋ ਰਹੀ ਸੀ। ਸਰਹੰਦ ਦੇ ਰਹਿਣ ਵਾਲਾ ਇੱਕ ਸੱਯਦ ਮੌਲਵੀ ਕੋਲ ਆ ਕੇ ਬੈਠਾ, ਜਿਹੜਾ ਗੁਰੂ ਸਾਹਿਬ ਨੂੰ ਲਾਜਵਾਬ ਕਰਕੇ ਬਾਦਸ਼ਾਹ ਦੀ ਨਜ਼ਰ ਵਿੱਚ ਮਹਾਰਾਜ ਦਾ ਰਸੂਖ ਘਟਾਉਣਾ ਚਾਹੁੰਦਾ ਸੀ। ਆ ਕੇ ਕਹਿੰਦਾ ਕਿ ਗੁਰੂ ਸਾਹਿਬ, ਸਾਰੇ ਪੀਰ ਪੈਗੰਬਰ ਅਵਤਾਰ ਕਰਾਮਾਤਾਂ ਵਿਖਾਉਂਦੇ ਰਹੇ ਆ, ਆਪ ਜੀ ਦੀ ਕਰਾਮਾਤ ਬਾਰੇ ਕੀ ਰਾਏ ਹੈ? ਗੁਰਦੇਵ ਨੇ ਬਾਦਸ਼ਾਹ ਸ਼ਾਹ ਬਹਾਦਰ ਵੱਲ ਹੱਥ ਕਰਕੇ ਕਿਹਾ ਕਿ ਇਹ ਜਿਉਂਦੀ ਜਾਗਦੀ ਕਰਾਮਾਤ ਹੈ ਜਿਸ ਦੇ ਹੱਥ ਵਿੱਚ ਰਾਜਸੀ ਤਾਕਤ ਹੈ, ਜੋ ਚਾਹੇ ਕਰ ਸਕਦਾ। ਨਹੀਂ ਮਹਾਰਾਜ, ਮੇਰਾ ਮਤਲਬ ਦੂਸਰੀ ਕਰਾਮਾਤ ਤੋਂ ਸੀ, ਸੱਯਦ ਮੌਲਵੀ ਨੇ ਫਿਰ ਸਵਾਲ ਕੀਤਾ। ਮੌਲਵੀ ਅਨੁਸਾਰ ਕਰਾਮਾਤ ਉਹੀ ਜਿਹਦੀ ਆਪਾਂ ਗੱਲ ਕੀਤੀ ਹੈ, ਕੋਈ ਰਿੱਧੀ ਸਿੱਧੀ ਮੰਤਰ ਮਾਰ ਕੇ ਗੁਰੂ ਸਾਹਿਬ ਕੋਈ ਕਰਾਮਾਤ ਦਿਖਾਉਣ। ਪਰ ਗੁਰੂ ਸਾਹਿਬ ਨੇ ਫਿਰ ਸੋਨੇ ਦੀ ਇੱਕ ਮੋਹਰ ਸਾਹਮਣੇ ਸੁੱਟਦਿਆਂ ਕਿਹਾ ਕਿ ਇਸ ਮੋਹਰ ਨਾਲ ਸੰਸਾਰ ਵਿੱਚ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ, ਯਾਨੀ ਪਾਤਸ਼ਾਹ ਦਾ ਇਸ਼ਾਰਾ ਧਨ ਦੌਲਤ ਵੱਲ ਸੀ। ਸੱਯਦ ਫਿਰ ਬੋਲਿਆ ਕਿ ਗੁਰੂ ਮਹਾਰਾਜ, ਇਸ ਤੋਂ ਇਲਾਵਾ ਕੋਈ ਹੋਰ ਕਰਾਮਾਤ ਵਿਖਾ ਸਕਦੇ ਹੋ? ਗੁਰੂ ਸਾਹਿਬ ਨੇ ਇਹ ਸੁਣ ਕੇ ਬੀਰ ਰਸ ਵਿੱਚ ਆ ਕੇ ਅੱਖਾਂ 'ਚ ਲਾਲੀ ਲਿਆਂਦੀ, ਆਪਣੀ ਸ੍ਰੀ ਸਾਹਿਬ ਨੂੰ ਕੀਤਾ ਬੇਮਿਆਨ ਅਤੇ ਜੋਸ਼ ਨਾਲ ਸੱਯਦ ਨੂੰ ਕਹਿਣ ਲੱਗੇ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੈ
ਜੋ ਜੁਰਵਾਣਿਆਂ ਦੀ ਜਾਨ ਲੈ ਸਕਦੀ ਹੈ, ਤਖ਼ਤ ਉਲਟਾ ਸਕਦੀ ਹੈ, ਰੁਲਦੇ ਫਿਰਦਿਆਂ ਨੂੰ ਬਾਦਸ਼ਾਹ ਬਣਾ ਸਕਦੀ ਹੈ। ਇਹ ਸੁਣ ਕੇ ਸੱਯਦ ਮੌਲਵੀ ਦੁਬਾਰਾ ਨਹੀਂ ਕੁਸਕਿਆ। ਉਹ ਭਲਿਓ ਲੋਕੋ, ਸਿੱਖੀ ਤਾਂ ਨਾ ਹੀ ਕਰਾਮਾਤ ਦਾ ਹੈ, ਜਿਸ ਵਿੱਚ ਦਾਖਲਾ ਹੀ ਸਿਰ ਦਿੱਤਿਆਂ ਮਿਲਦਾ ਹੈ। ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ ਕੀਜੈ। ਹੋਰ ਕਰਾਮਾਤਾਂ ਕਿਹੋ ਜਿਹੀਆਂ ਹੁੰਦੀਆਂ? ਜਿੱਥੇ ਮਨੁੱਖੀ ਸੋਚ ਦੀ ਹੱਦ ਖਤਮ ਹੁੰਦੀ ਹੈ, ਜਿੱਥੇ ਤਰਕ, ਨਾਸਤਿਕਤਾ, ਵਿਗਿਆਨ, ਦੁਨਿਆਵੀ ਪੜ੍ਹਾਈ, ਸਵਾਲ ਜਵਾਬ, ਕਿੰਤੂ ਪਰੰਤੂ ਹੱਥ ਖੜ੍ਹੇ ਕਰ ਜਾਂਦੇ ਆ, ਸਿੱਖੀ ਉੱਥੋਂ ਸ਼ੁਰੂ ਹੁੰਦੀ ਹੈ, ਸਿੱਖੀ ਦੀ ਕਰਾਮਾਤ ਉੱਥੋਂ ਸ਼ੁਰੂ ਹੁੰਦੀ ਹੈ। ਕਿਸੇ ਸ਼ਾਇਰ ਨੇ ਸੱਚ ਹੀ ਕਿਹਾ, ਤੈਨੂੰ ਖੰਡੇ ਅਤੇ ਭਾਲੇ ਦੀ ਲੋੜ ਕੀ ਸੀ, ਕੀ ਵਿਗਾੜਨਾ ਸੀ ਸਿਤਮਗਾਰ ਤੇਰਾ, ਫੜ ਕੇ ਜ਼ਮੀਂ ਅਸਮਾਂ ਉਲਟਾ ਦਿੰਦਾ, ਇੱਕੋ ਕਾਫੀ ਸੀ ਨੈਣਾਂ ਦਾ ਵਾਰ ਤੇਰਾ। ਕਰਾਮਾਤ ਦੇਖਣੀ ਜੇ ਆਇਓ। ਹਾਂਜੀ, ਮੁਸਲਮਾਨ ਅੱਜ ਪੂਰੀ ਦੁਨੀਆ ਨੂੰ ਲਾਈਵ ਸਾਹਮਣੇ, ਦੁਨੀਆ ਦੇ ਸਾਹਮਣੇ ਜਿਹੜਾ ਕਰਾਮਾਤ ਕਰਕੇ ਦਿਖਾਏਗਾ, ਇਹ ਕਿਹੜੀ ਗੱਲ ਹੈ? ਸੋ ਜੇਕਰ ਤੁਸੀਂ ਵੀ ਕਰਾਮਾਤ ਕਰਨੀ ਹੈ ਤਾਂ ਗੁਰੂ ਦੇ ਲੜ ਲੱਗ ਜਾਓ, ਵੀ ਕਰਾਮਾਤ ਹੀ ਕਰਾਮਾਤ ਹੈ। ਸੋ ਗੱਲ ਬੜੇ ਧਿਆਨ ਨਾਲ ਸੁਣਿਓ ਅਤੇ ਵੀਡੀਓ ਅੱਖਾਂ ਖੋਲ੍ਹ ਕੇ ਦੇਖਿਓ ਵੀ ਕਰਾਮਾਤ ਕਿਹਨੂੰ ਕਹਿੰਦੇ। ਕਰਾਮਾਤ ਉਹਨੂੰ ਕਹਿੰਦੇ ਆ ਜਿਹੜੀ ਚੀਜ਼ ਬੰਦਾ ਆਪਣਾ ਇਖਤਿਆਰ ਵਿੱਚ ਨਾ ਹੋਵੇ, ਆਪਣੇ ਆਪ ਹੋ ਜਾਵੇ, ਉਹਨੂੰ ਕਹਿੰਦੇ ਆ ਕਰਾਮਾਤ। ਬੰਦਾ ਦੇਖਣ ਦਿਆ ਵੈ, ਚੀਜ਼ ਆਪਣੇ ਆਪ ਹੋ ਗਈ ਆ, ਇਹਨੂੰ ਕਹਿੰਦੇ ਆ ਕਰਾਮਾਤ, ਜਿਹੜੀ ਆਪਣੇ ਆਪ ਚੀਜ਼ ਹੋਈ। ਵੀਰੋ, ਮੈਂ ਆਪਣਾ ਸਾਹ ਵਧਾ ਸਕਦਾ? ਨਹੀਂ ਵਧਾ ਸਕਦਾ। ਜੇ ਕੋਈ ਦੁਨੀਆ ਦੀ ਕੋਈ ਤਾਕਤ ਆਪਣਾ ਸਾਹ ਵਧਾ ਸਕਦੀ ਹੈ ਤਾਂ ਲਿਆਓ ਦਿਖਾਓ, ਨਹੀਂ ਵਧਾ ਸਕਦੀ। ਵੀਰੋ, ਕੋਈ ਦੁਨੀਆ ਦੀ ਤਾਕਤ ਸਾਹ ਨਹੀਂ ਵਧਾ ਸਕਦੀ। ਇਹਦਾ ਮਤਲਬ ਹੈ ਕਿ ਸਾਹ ਮੈਨੂੰ ਕੌਣ ਦੇਣ ਦਿਆ? ਉਹ ਮਾਲਕ, ਉਹ ਮਾਲਕ ਦੀ ਉਸ ਮਾਲਕ ਦਾ ਕਰਮ ਹੈ। ਕਰਮ ਜਾਂ ਕਰਾਮਾਤ, ਕਰਮ ਹੁੰਦਾ ਇੱਕ, ਜਦੋਂ ਕਰਾਮਾਤ ਹੁੰਦੀਆਂ ਜ਼ਿਆਦਾ ਜਾਂ ਵੱਡੀ ਚੀਜ਼ ਨੂੰ ਕਹਿੰਦੇ ਕਰਾਮਾਤ। ਸੋ ਉਸ ਮਾਲਕ ਨੇ ਮੈਨੂੰ ਸਾਹ ਦਿੱਤਾ ਵੈ ਅਤੇ ਇਹ ਵੀ ਕਰਾਮਾਤ ਹੈ। ਹੁਣ ਸਾਹ ਮੈਂ ਕਿਸੇ ਨੂੰ ਕਹਾਂਗਾ ਕਿ ਮੇਰੇ ਕੋਲ ਇੰਨਾ ਪੈਸਾ ਲੜਾ ਤਾਂ ਇੱਕ ਸਾਹ ਮੈਨੂੰ ਦੇ ਦੇ, ਕੋਈ ਬੰਦਾ ਦੇ ਸਕਦਾ? ਨਹੀਂ ਦੇ ਸਕਦਾ। ਇਹ ਕਰਾਮਾਤ ਨਹੀਂ ਹੈ ਤਾਂ ਕੀ ਹੈ? ਅੱਖਾਂ। ਅੱਛਾ, ਬਾਬਾ ਦੀਪ ਸਿੰਘ ਸੀਸ ਤੋਂ ਬਗੈਰ ਲੜਿਆ, ਲੜਿਆ ਕਿ ਨਹੀਂ ਲੜਿਆ? ਉਹ ਕਰਾਮਾਤ ਨਹੀਂ ਹੈ ਵੀ। ਇਹ ਕਹਿੰਦੇ ਆ ਕਿ ਸੀਸ ਤੋਂ ਬਗੈਰ ਲੜ ਹੀ ਨਹੀਂ ਗਾ ਸਕਦਾ, ਅੱਖਾਂ ਨਹੀਂ ਸੀ ਉਹਦੀਆਂ ਹੈਗੀਆਂ, ਧੌਣ ਨਹੀਂ ਸੀ ਸਿਰ 'ਤੇ ਹੈਗੀ, ਇਹ ਲੜ ਨਹੀਂ ਗਾ ਸਕਦਾ। ਇਹਨਾਂ ਨੂੰ, ਅੰਨਿਆਂ ਨੂੰ ਇਹ ਨਹੀਂ ਪਤਾ ਕਿ ਦੇਖਣ ਵਾਸਤੇ ਅੱਖ ਦੀ ਲੋੜ ਨਹੀਂ ਹੈ। ਜੇ ਦੇਖਣ ਵਾਸਤੇ ਅੱਖ ਦੀ ਲੋੜ ਹੁੰਦੀ, ਅੱਜ ਜਿਹੜੇ ਨਬੀਨੇ ਹੈ, ਜਿਹੜੇ ਅੱਖਾਂ ਤੋਂ ਮਜ਼ੂਰ ਹੈ, ਅੱਖਾਂ 'ਤੇ ਉਹਨਾਂ ਦੀ ਵੀ ਹੈ ਪਰ ਉਹਨਾਂ ਨੂੰ ਨਜ਼ਰ ਨਹੀਂ ਹੁੰਦਾ। ਕਿਉਂ ਨਜ਼ਰ ਨਹੀਂ ਹੁੰਦਾ? ਅੱਖਾਂ ਤਾਂ ਹੈਗੀਆਂ ਪਰ ਨਜ਼ਰ ਨਹੀਂ ਹੁੰਦਾ ਨਾ। ਅਤੇ ਜਿਨ੍ਹਾਂ ਦੀਆਂ ਅੱਖਾਂ ਹੈਗੀਆਂ ਉਹਨਾਂ ਨੂੰ ਵੀ ਨਜ਼ਰ ਨਹੀਂ ਹੁੰਦਾ, ਉਹ ਵੀ ਇੰਨੇ ਦੇ ਇੰਨੇ। ਸੋ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਹੁੰਦਾ? ਕਿਉਂਕਿ ਉਹਨਾਂ ਦੀਆਂ ਅੱਖਾਂ ਦਾ ਨੂਰ ਨਹੀਂ ਹੈ। ਉਹ ਉਹਨਾਂ ਦੀ ਵੀ ਦੇਖੋ, ਜਿੱਦਾਂ ਕਹਿੰਦੇ ਨਾ, ਉਸ ਮਾਲਕ ਦਾ ਕਰਮ ਹੋ ਗਿਆ, ਮੇਰੀ ਅੱਖ ਠੀਕ ਹੋ ਗਈ, ਵੀ ਨੂਰ ਆ ਗਿਆ, ਉਸ ਮਾਲਕ ਦਾ ਕਰਮ ਹੋ ਗਿਆ, ਇੱਕ ਕਰਾਮਾਤ ਹੈ। ਗੱਲ ਬੜੇ ਧਿਆਨ ਸੁਣਿਓ। ਸੋ ਜਿਹੜੀ ਚੀਜ਼ ਉਸ ਮਾਲਕ ਨੇ ਦੇਣੀ ਹੈ ਨਾ, ਉਹ ਕਰਾਮਾਤ ਹੀ ਕਰਾਮਾਤ। ਇਹਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ, ਖਾਲਸ ਹੈ, ਪਿਓਰ ਹੈ, ਜਨਮਣ ਹੈ। ਸਾਹ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ, ਵਾਹਿਗੁਰੂ ਜੀ ਦਾ ਖਾਲਸਾ ਹੈ, ਇਹ ਕਰਾਮਾਤ ਹੈ। ਰੂਹ ਕਿਹਨੇ ਦਿੱਤੀ? ਉਸ ਮਾਲਕ ਨੇ ਦਿੱਤੀ, ਵਾਹਿਗੁਰੂ ਜੀ ਦਾ ਖਾਲਸਾ ਹੈ। ਜਿਸਮ, ਵਾਹਿਗੁਰੂ ਜੀ ਦੀ ਫਤਿਹ ਹੈ। ਹਾਂਜੀ, ਗੱਲ ਬੜੇ ਧਿਆਨ ਸੁਣੇ। ਸੋ ਗੁਰੂ ਗ੍ਰੰਥ ਸਾਹਿਬ ਜੀ
ਇਹ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ। ਵਾਹਿਗੁਰੂ ਜੀ ਦਾ ਖਾਲਸਾ ਹੈ। ਵੀ ਤਾਕਤ ਕਿਹਨੂੰ ਮਿਲੇਗੀ? ਰੂਹਾਨੀ ਤਾਕਤ, ਰੂਹ ਨੂੰ ਤਾਕਤ ਮਿਲੇਗੀ। ਗੁਰੂ ਦੇ ਲੜ ਲੱਗੋਗੇ ਤਾਂ ਰੂਹ ਨੂੰ ਤਾਕਤ ਮਿਲੇਗੀ, ਰੂਹ ਨੂੰ ਤਾਕਤ ਮਿਲੇਗੀ ਅਤੇ ਅੱਖਾਂ ਬੰਦ ਅੱਖਾਂ ਵੀ ਖੁੱਲ੍ਹ ਜਾਣਗੀਆਂ। ਇਸ ਕਰਕੇ ਕਿਹਾ ਗੁਰੂ ਦੇ ਲੜ ਲੱਗੋ ਅਤੇ ਸਿੱਖੀ, ਕਿਉਂਕਿ ਸਿੱਖੀ ਹੈ ਹੀ ਕਰਾਮਾਤ ਦਾ ਨਾਮ ਹੈ। ਇਹਨਾਂ ਅੰਨਿਆਂ ਕੋਲੋਂ ਹੁਣ ਮੈਂ ਇੱਕ ਗੱਲ ਪੁੱਛਦਾ ਵਾਂ ਕਿ ਜਿਹੜੇ ਕਹਿੰਦੇ ਕਿ ਦੇਖਣ ਵੀ ਬਾਬਾ ਦੀਪ ਸਿੰਘ ਦਾ ਉਹ ਬਗੈਰ ਅੱਖਾਂ ਤੋਂ ਕਿੱਦਾਂ ਲੜ ਸਕਦਾ, ਮੈਂ ਇਹਨਾਂ ਕੋਲੋਂ ਪੁੱਛਦਾ ਵਾਂ, ਸੋਨਾ ਵੀ ਹੈ ਕਿ ਨਹੀਂ ਸੌਂਦਾ? ਕਹਿੰਦਾ ਸੌਂਦਾ। ਖਾਬ ਦੇਖਣਾ? ਕਹਿੰਦਾ ਉਹ ਦੇਖਦਾ। ਅੱਖਾਂ ਬੰਦ ਕਰਕੇ ਦੇਖਣਾ ਕਿ ਅੱਖਾਂ ਖੋਲ੍ਹ ਕੇ ਦੇਖਣਾ? ਖਾਬ ਯਾਰ, ਅੱਖਾਂ ਬੰਦ ਕਰਕੇ ਦੇਖਣਾ ਸੁੱਤਾ ਹੁੰਦਾ, ਖਾਬ ਮੈਂ ਅੱਖਾਂ ਬੰਦ ਕਰਕੇ ਦੇਖਦਾ। ਮੈਂ ਤੈਨੂੰ ਉਠਾਇਆ ਸੀਗਾ, ਤੂੰ ਉੱਠਿਆ ਕਿਉਂ ਨਹੀਂ? ਕਹਿੰਦਾ ਯਾਰ ਮੈਨੂੰ ਨੀਂਦ ਬੜੀ ਗਹਿਰੀ ਆਈ ਸੀ ਅਤੇ ਮੈਂ ਸੁੱਤਾ ਸੀਗਾ ਅਤੇ ਖਾਬ ਦੇਖਦਾ ਸੀਗਾ, ਮੈਨੂੰ ਨਹੀਂ ਪਤਾ ਚੱਲਿਆ, ਟਾਈਮ ਦਾ ਵੀ ਨਹੀਂ ਪਤਾ ਚੱਲਿਆ। ਓਏ ਹੋਏ ਹੋਏ ਹੋਏ, ਟਾਈਮ ਦਾ ਵੀ ਨਹੀਂ ਪਤਾ ਚੱਲਿਆ ਤੈਨੂੰ, ਉੱਦਾਂ ਵੀ ਸੁੱਤਾ ਸੀਗਾ ਅੰਨੇ ਦਾ ਅੰਨਾ, ਦੱਸ ਮੈਨੂੰ ਖਾਬ ਕਿੱਦਾਂ ਦੇਖਿਆ ਜੀ? ਅੱਖਾਂ ਤੇਰੀਆਂ ਬੰਦ ਸੀ, ਉਹ ਅੱਖਾਂ ਤੇਰੀਆਂ ਬੰਦ ਸੀ ਪਰ ਖਾਬ ਕਿੱਦਾਂ ਦੇਖਿਆ ਵੈ? ਉਸ ਮਾਲਕ ਨੇ ਇਹਨਾਂ ਅੰਨਿਆਂ ਦੇ ਵਿੱਚ ਇੱਕ ਨਿਸ਼ਾਨੀ ਰੱਖੀ ਹੈ, ਹਾਂਜੀ, ਕਿ ਤੈਨੂੰ ਖਾਬ, ਤੂੰ ਅੱਖਾਂ ਬੰਦ ਕਰਕੇ ਤੈਨੂੰ ਮੈਂ ਖਾਬ ਦਿਖਾ ਸਕਦਾ ਮੈਂ? ਜੇ ਸੀਸ ਨਹੀਂ ਹੈ ਤਾਂ ਦੇਖਣ ਵਾਸਤੇ ਅੱਖ ਦੀ ਲੋੜ ਨਹੀਂ ਹੈ, ਰੂਹਾਨੀ ਤਾਕਤ ਹਜੇ ਹੈਗੀ ਸੀ। ਰੂਹ ਦਾ ਤਲਕ ਵਾਹਿਗੁਰੂ ਦੇ ਖਾਲਸੇ ਨਾਲ ਹੈ, ਰੂਹ ਨਿਕਲੇਗੀ ਤਾਂ ਸਾਹ ਬੰਦ ਹੋਏਗਾ ਨਾ, ਸਾਹ ਹਜੇ ਤੱਕ ਮੇਰਾ ਚੱਲਣ ਦਿਆ, ਇਹ ਮਾਲਕ ਦੀ ਕਰਾਮਾਤ ਹੈ। ਸੋ ਰੂਹ ਹਜੇ ਹੈਗੀ ਸੀ ਅਤੇ ਬਾਬਾ ਦੀਪ ਸਿੰਘ ਲੜਦਾ ਰਿਹਾ। ਹੁਣ ਉਹ ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਕੀ ਹੈ? ਵਾਹਿਗੁਰੂ ਜੀ ਦਾ ਖਾਲਸਾ, ਰੂਹਾਨੀ ਤਾਕਤ। ਜਿਹਨੂੰ ਬਚਾਉਣ ਵਾਸਤੇ ਆਇਆ ਸੀਗਾ ਦਰਬਾਰ ਸਾਹਿਬ, ਉੱਥੇ ਕੀ ਹੈ? ਰੂਹ, ਰੂਹਾਨੀ ਤਾਕਤ। ਉੱਥੇ ਵੀ ਕੀ ਮਿਲਦਾ ਵੈ? ਰੂਹਾਨੀ ਤਾਕਤ। ਕੀ ਕਹਿੰਦੇ ਆ? ਵਾਹਿਗੁਰੂ ਜੀ ਕਾ ਖਾਲਸਾ। ਅੱਜ ਵੀ ਡਾਕਟਰਾਂ ਦੀ, ਜਿਹੜੇ ਇਹਨਾਂ ਡਾਕਟਰ ਜਿਹੜੇ ਬੜੇ ਪੜ੍ਹੇ ਲਿਖੇ ਅੰਨੇ ਦੇ ਅੰਨੇ, ਅੱਜ ਵੀ ਜਿਹੜੀ ਇਹਨਾਂ ਦੀ ਬਿਮਾਰੀ ਸਮਝ ਨਹੀਂ ਨਾ ਆਉਂਦੀ, ਇਹਨਾਂ ਕੋਲ ਜਾਓ ਦਰ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਟੁੱਬੀ ਮਾਰੋ ਪਾਣੀ ਦੇ ਵਿੱਚ, ਟੁੱਬੀ ਮਾਰ ਕੇ ਅਤੇ ਫਿਰ ਗੁਰੂ ਦੇ ਲੜ ਲੱਗੋ। ਇਹ ਬਾਹਰ ਨਿਕਲ ਕੇ ਫਿਰ ਕਹਿਣਗੇ ਮੈਂ ਤਾਂ ਠੀਕ ਹੋ ਗਿਆ, ਫਿਰ ਕਹਿਣਗੇ ਮੈਂ ਤਾਂ ਇਸ਼ਨਾਨ ਕੀਤਾ ਸੀ, ਮੈਂ ਤਾਂ ਉਸ ਗੁਰੂ ਦੇ ਲੜ ਲੱਗਾ ਸੀ, ਸ੍ਰੀ ਦਰਬਾਰ ਸਾਹਿਬ ਗਿਆ ਸੀ ਅਤੇ ਮੈਂ ਤਾਂ ਠੀਕ ਹੋ ਗਿਆ। ਉਹ ਕਿੱਥੋਂ ਠੀਕ ਹੋ ਗਿਆ? ਰੂਹਾਨੀ ਤੱਕ ਉਹਦੀ ਯਾਰ ਕਰਾਮਾਤ ਹੋ ਗਈ ਹੈ, ਸਿੱਧੇ ਮੂੰਹ ਨਹੀਂ ਕਹਿੰਦਾ ਵੀ ਉਸ ਮਾਲਕ ਦੀ ਕਰਾਮਾਤ ਹੋ ਗਈ ਹੈ। ਇੱਥੇ ਵੀ ਜਿਹੜਾ ਹੁੰਦਾ ਨਾ ਝੂਠਿਆਂ ਤਰ੍ਹਾਂ ਮੂੰਹ ਲਗਾ ਕੇ ਇੱਥੋਂ ਨਿਕਲਦਾ, ਖੁੱਲ੍ਹ ਕੇ ਬੋਲ ਮਾਲਕ ਦੀ ਕਰਾਮਾਤ ਹੋ ਗਈ ਹੈ, ਵਾਹਿਗੁਰੂ ਜੀ ਕਾ ਖਾਲਸਾ ਹੈ। ਰੂਹ ਦਾ ਤਲਕ ਵਾਹਿਗੁਰੂ ਦੇ ਖਾਲਸੇ ਨਾਲ ਹੈ, ਗ੍ਰੰਥ, ਗ੍ਰੰਥ ਦਾ ਤਲਕ ਵਾਹਿਗੁਰੂ ਦੇ ਖਾਲਸੇ ਨਾਲ ਹੈ, ਪੰਥ ਦਾ ਤਲਕ ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਹੈ, ਜਿਸਮ ਦਾ ਤਲਕ ਵਾਹਿਗੁਰੂ ਜੀ ਦੀ ਫਤਿਹ ਦੇ ਨਾਲ ਹੈ। ਹਾਂਜੀ, ਸ਼ੈਤਾਨ ਹੱਥ ਪਾਉਂਦਾ ਹੈ ਗ੍ਰੰਥ ਉੱਤੇ, ਗੱਦਾਰ ਹੱਥ ਪਾਉਂਦਾ ਹੈ ਪੰਥ ਉੱਤੇ, ਗੱਦਾਰ ਪੂਜਾ ਕਰਦਾ ਹੈ ਸ਼ੈਤਾਨ ਦੀ, ਅਤੇ ਗੁਰੂ ਦਾ ਸਿੱਖ ਜਿਹੜਾ ਗੁਰੂ ਦੇ ਲੜ ਲੱਗਦਾ ਉਹ ਪੂਜਾ ਕਰਦਾ ਹੈ ਸੱਚ ਦੀ, ਇੱਕ ਓਂਕਾਰ, ਇੱਕ ਮਾਲਕ ਦੀ। ਹਾਂਜੀ, ਉਹਨੇ ਕਿਹਾ ਉਹਦਾ ਨਾਮ ਦੱਸ, ਉਹਨੇ ਕਿਹਾ ਉਹਦਾ ਨਾਮ ਸੱਚ ਹੈ, ਉਹ ਸੱਚ ਦੀ ਪੂਜਾ ਕਰਦਾ, ਸੱਚ ਬੋਲਦਾ, ਜੋ ਕਰਦਾ ਸੱਚ ਕਰਦਾ ਵੀਰੋ, ਸੱਚਾਈ ਦੇ ਰਸਤੇ 'ਤੇ ਚੱਲਣਾ, ਐਸ ਗੁਰੂ ਦੇ ਲੜ ਲੱਗਣਾ ਇਹ ਕਰਾਮਾਤ ਹੀ ਕਰਾਮਾਤ ਹੈ। ਹਾਂ, ਕਿਉਂਕਿ ਸੱਚ ਇਹ ਬੜਾ ਚੁੱਭਦਾ ਹੈ। ਹਾਂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20 ਦਾ ਲੰਗਰ ਲਾਇਆ ਸੀ, ਦੱਸੋ ਅੱਜ ਤੱਕ ਨਹੀਂ ਚੱਲਦਾ। ਪਹਿਲੇ ਵੀ ਲੋਕ ਕਰਾਮਾਤ ਕਰਦੇ ਸੀ, ਅਤੇ ਇੱਕ ਉੱਥੇ ਪਹਿਲੇ ਮਾਲਕ ਸੀ, ਕੋਈ ਮਾਲਕ ਬੱਚੇ ਦਿੰਦਾ ਸੀਗਾ। ਉਹ ਬੱਚੇ ਕਿੱਦਾਂ ਦਿੰਦਾ ਸੀ? ਕੋਈ ਬੀਬੀਆਂ ਹੁੰਦੀ ਜਾ ਕੇ ਬੱਚਾ ਲੈਣ ਵਾਸਤੇ ਜਾਂਦੀਆਂ ਸੀ ਨਾ ਜਦੋਂ ਬਾਬਿਆਂ ਕੋਲ, ਉਹਨਾਂ ਜਿਹੜੇ ਹੁੰਦੇ ਨਾ ਬੁੱਤ ਦੇ, ਜਿਹੜੇ ਦੇਵੀ ਦੇਵਤੇ ਮਾਲਕ ਉਹ, ਅਤੇ ਉਹ ਕਹਿੰਦਾ ਸੀਗਾ ਤੂੰ ਬਲੀ ਦੇ। ਉਹ ਬਲੀ ਵਾਸਤੇ ਕੀ ਕਰਦੀ ਸੀ? ਆਪਣੇ ਕਿਸੇ ਰਿਸ਼ਤੇਦਾਰ ਦਾ ਬੱਚੇ ਨੂੰ ਫੜਦੀ ਸੀ ਅਤੇ ਉਹਦੀ ਬਲੀ ਦਿੰਦੀ ਸੀ, ਪਿਸ਼ਤਾਨ ਨੂੰ ਖੁਸ਼ ਕਰਦੀ ਸੀ। ਇੱਕ ਵੀਰੋ ਕਰਾਮਾਤ ਇਹ ਹੈ, ਇਹ ਤਾਂ ਬੇਸਕੂਨਾ ਹੀ ਬੇਸਕੂਨਾ, ਇਹਦੇ ਵਿੱਚ ਕਦੀ ਸਕੂਨ ਨਹੀਂ ਆਉਂਦਾ, ਆਪਣਾ ਆਪਣੇ ਨੂੰ ਮਾਰਦਾ। ਕਲਯੁੱਗ ਦਾ ਦੌਰ ਸੀਗਾ। ਫਿਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਦੱਸਿਆ ਉਸ ਮਾਲਕ ਦੇ ਰਸਤੇ 'ਤੇ ਦਵੋ ਮਾਲਕ ਹੋਰ ਦੇਵੇਗਾ, ਦੱਸੋ 20 ਦਾ ਲੰਗਰ ਲਾਇਆ ਸੀ ਅੱਜ ਤੱਕ ਚੱਲਦਾ ਕਿ ਨਹੀਂ ਚੱਲਦਾ? ਔਲਾਦ, ਤੁਸੀਂ ਮਾਲਕ ਕਹਿੰਦਾ ਸੀਗਾ ਤੁਸੀਂ ਮਾਂ ਪਿਓ ਦੀ ਸੇਵਾ ਕਰੋ, ਸਕੂਨ ਹੋਏਗਾ। ਉਸ ਮਾਲਕ ਦੇ ਅੱਗੇ ਅਰਦਾਸ ਕਰੋ, ਜੋ ਮੰਗੋਗੇ ਮਿਲੇਗਾ। ਵੀਰੋ ਇੱਕ ਕਰਾਮਾਤ ਨਹੀਂ ਹੈ, ਹਾਂ ਗੁਰੂ ਦੇ ਲੜ ਲੱਗੋ, ਇਸ ਤੋਂ ਵੱਡੀ ਕਰਾਮਾਤ ਕੋਈ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।